ਸਿੱਖਿਆ ਵਿਭਾਗ ਦੇ ਵਿੱਚ ਹੀ ਭਰਤੀਆਂ ਦੀ ਜਿਹਨੂੰ ਕਹਿ ਸਕਦੇ ਕਿ ਸਾਡੇ ਕੋਲ ਬਹੁਤ ਸਾਰੇ ਸਕੂਲ ਨੇ ਜਿਹੜੇ ਜਿੱਥੇ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਹੀ ਨਹੀਂ ਕੀਤੀਆਂ ਇਸ ਕਰਕੇ ਕੱਲੇ ਸਿੱਖਿਆ ਵਿਭਾਗ ਦੇ ਵਿੱਚ ਹੀ 20000 ਦੇ ਕਰੀਬ ਭਰਤੀਆਂ ਹੋ ਰਹੀਆਂ ਤੇ ਸਭ ਤੋਂ ਪਹਿਲੀ ਭਰਤੀ 6835 ETT ਟੀਚਰਸ ਦੀ ਜਿਹੜੀ ਸਾਡੇ ਪ੍ਰਾਇਮਰੀ ਟੀਚਰਸ ਹੈ ਉਹ ਟੋਟਲੀ ਕੰਪਲੀਟ ਕਰ ਲਈ ਗਈ ਹੈ ਉਹਨਾਂ ਵਿੱਚੋਂ 5100 ਟੀਚਰ ਆਲਮੋਸਟ 5100 ਟੀਚਰ 5096 ਐਗਜ਼ੈਕਟ ਟੀਚਰਸ ਇਸ ਵਕਤ ਬਲਾਰੇ ਨੇ ਜੀ 1539 ਦਾ ਪ੍ਰੋਸੈਸ ਚੱਲ ਰਿਹਾ ਤੇ ਅੱਜ 361 ਬੱਚੇ ਜਿਨ੍ਹਾਂ ਦੀ ਵੇਟਿੰਗ ਸੀ ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਤੇ ਉਹਨਾਂ ਵਿੱਚੋਂ 10 ਬੱਚਿਆਂ ਨੂੰ ਸੀਐਮ ਸਾਹਿਬ ਪੰਜਾਬ ਦੇ ਹੋਂਦ ਤੱਕ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਹੱਥੋਂ ਤੋਂ ਨਿਯੁਕਤੀ ਪੱਤਰ ਦਿੱਤੇ ਹੈ ਤੇ ਉਹਨਾਂ ਨੂੰ ਕਿਹਾ ਕਿ ਆਓ ਹੁਣ ਆਪਾਂ ਪੰਜਾਬ ਦੀ ਨਵੀਂ ਇਬਾਰਤ ਲਿਖੀਏ ਕਿਉਂਕਿ ਸਾਡੇ ਸਕੂਲੀ ਹੈ ਜੋ ਪੰਜਾਬ ਦਾ ਨਵਾਂ ਪੁਖਖ ਰੱਖਣਗੇ ਅੱਜ ਤੱਕ ਇਹ ਵਿਭਾਗ ਸਿਰਫ